ते उगे लेखक सरदार राजेंद्र सिंह जोली वालों लिखी गई किताब सरबंस दानी श्री गुरु गोबिंद सिंह जी रिलीज़ की गई। नवी दिल्ली के पंजाबी बाग विखे रखे गए एक समागम के दौरान पंजाबी यूनिवर्सिटी के वाइस चांसलर डॉक्टर जसपाल सिंह, ज्ञानी तरलोचन सिंह, चारधी कला ग्रुप के चेयरमैन सरदार जगजीत सिंह दर्दी समेत सिख कौम होर कई बुद्धिजीवी हस्तियों ने भी शिरकत की। इस दौरान वख वख बुलारियों ने जिथे किताब के लेखक सरदार राजेंद्र सिंह की रज के शलाघा की, उत्थे कहा कि किताब श्री गुरु गोबिंद सिंह जी के जीवन से जुड़िया गलों बारे बड़े ਸਰਦਾਰ ਦੇ ਨਾਲ ਜਾਣਕਾਰੀ ਦੇ ਸਰਦਾਰ ਸਿੰਘ ਜੀ ਅੱਗੇ ਪੁਸਤਕ ਦੇ ਜੀਵਨ ਬਾਰੇ ਪੁਸਤਕ ਰਿਲੀਜ਼ ਹੋ ਰਹੀ ਹੈ। ਦਸਮ ਪਾਤਸ਼ਾਹ ਦਾ ਸ਼ਬਦ ਬੱਚੇ ਪੜ੍ਹੇ ਸੀ, ਤੁਸੀਂ ਯਕੀਨ ਕਰਨਾ ਮੈਂ ਜ਼ਿੰਦਗੀ ਆਪਣੀ ਵਿੱਚ ਨਾ ਇੰਨਾ ਆਨੰਦ ਕਦੇ ਨਹੀਂ ਮਾਣਿਆ ਜੋ ਅੱਜ ਮੈਂ ਇੱਥੋਂ ਇੱਕ ਅਗੰਮੀ ਕਿਸਮ ਦਾ ਸਾਨੂੰ ਸਰੂਰ ਮਿੱਤਰ ਪਿਆਰਿਆਂ ਨੂੰ ਹਾਲ ਮਰੀਦਾਂ ਦਾ ਕਹਿਣਾ ਜਿਹੜਾ ਸ਼ਬਦ ਪੜ੍ਹ ਰਹੇ ਸੀ ਇੰਨਾ ਉਸਦਾ ਆਨੰਦ ਆਇਆ, ਇੰਨਾ ਆਨੰਦ ਆਇਆ ਕਿ ਮੈਂ ਆਉਂਦੇ ਸਾਰੇ ਹੀ ਬਿਲਕੁਲ ਸ਼ਾਂਤ ਹੋ ਗਿਆ। ਔਰ ਮੈਂ ਸੋਚਣ ਲੱਗਿਆ ਵੀ ਇਹ ਬਖਸ਼ਿਸ਼ਾਂ ਵਾਲੀ ਥਾਂ 'ਤੇ ਮੈਂ ਪਹੁੰਚ ਗਿਆ। ਸਰਦਾਰ ਮੱਖਣ ਸਿੰਘ ਨੇ ਮੇਰੀ ਟ੍ਰੇਨਿੰਗ ਕੀਤੀ, ਸਰਦਾਰ ਤਰਲੋਚਨ ਸਿੰਘ ਨੇ ਮੇਰੀ ਟ੍ਰੇਨਿੰਗ ਕੀਤੀ, ਡਾਕਟਰ ਜਸਪਾਲ ਸਿੰਘ ਜੀ ਵੀ ਬਾਲ ਸਿਖਾਈ ਮਿੱਤਰ ਨੇ ਪਿਛਲੇ 30-35 ਸਾਲਾਂ ਤੋਂ। ਔਰ ਜਦੋਂ ਸੰਗਤਾਂ ਦੇ ਇਹਨਾਂ ਨੇ ਇੰਟਰੋਡਕਸ਼ਨ ਕਰਵਾਈ, ਇਤਨੇ ਵੱਡੇ ਵੱਡੇ ਕੱਦ ਵਾਲੀ ਸੰਗਤ, ਇਤਨੇ ਪਿਆਰ ਵਾਲੀ ਸੰਗਤ ਇੱਥੇ ਜੁੜੀ ਹੈ, ਤਾਂ ਇਹ ਇੱਕ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਵਾਂ ਐਕਸਪੀਰੀਅੰਸ ਮਿਲਿਆ। ਮੈਂ ਨਵੇਂ ਇੱਥੋਂ ਪ੍ਰੇਰਨਾ ਲੈ ਕੇ ਜਾ ਰਿਹਾ ਹਾਂ ਔਰ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਸਰਦਾਰ ਰਜਿੰਦਰ ਸਿੰਘ ਜੋਲੀ ਨੇ ਜਿਸ ਸਿਦਕ ਨਾਲ, ਪਿਆਰ ਨਾਲ, ਭਾਵਨਾ ਨਾਲ ਦਸਮ ਪਾਤਸ਼ਾਹ ਦੀ ਜੀਵਨੀ ਨੂੰ ਇਸ ਪੁਸਤਕ ਵਿੱਚ ਬਿਆਨ ਕੀਤਾ, ਮੇਰਾ ਖਿਆਲ ਹੈ ਕਿ ਜਿਹੜਾ ਵੀ ਇਸ ਪੁਸਤਕ ਨੂੰ ਪੜ੍ਹੇਗਾ ਉਹ ਜ਼ਰੂਰ ਦਸਮ ਪਾਤਸ਼ਾਹ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੇਗਾ। ਇੱਕ ਗੱਲ ਮੈਂ ਅਖੀਰ ਵਿੱਚ ਜ਼ਰੂਰ ਕਹਾਂਗਾ ਕਿ ਮੈਂ ਕਿਉਂਕਿ ਵਾਹਿਗੁਰੂ ਕੋਲੋਂ, ਗੁਰੂ ਸਾਹਿਬ ਕੋਲੋਂ ਬਖਸ਼ਿਆ ਹੋਇਆ ਮੈਂ ਗੁਰੂ ਕਾ ਸਿੱਖ ਹਾਂ ਕਿ ਜਦੋਂ ਸਤਿਗੁਰੂ ਜੀ ਚਮਕੌਰ ਦੀ ਗੜੀ ਛੱਡਣ ਲੱਗੇ ਅਤੇ ਸਿੱਖਾਂ ਨੇ ਹੁਕਮ ਉਹਨੂੰ ਕੀਤਾ ਛੱਡ ਜਾਓ, ਥੋੜ੍ਹੇ ਜਿਹੇ ਸਿੱਖ ਬਾਕੀ ਬਚੇ ਸਨ, ਅਤੇ ਉਹਨਾਂ ਕੀ ਕੀਤਾ ਕਿ ਇੱਕ ਸਿੱਖ ਦੀ ਸ਼ਕਲ ਮਿਲਦੀ ਸੀ ਦਸਮ ਪਾਤਸ਼ਾਹ ਨਾਲ, ਭਾਈ ਸੰਗਤ ਸਿੰਘ, ਉਹਨਾਂ ਦੇ ਸਿਰ 'ਤੇ ਆਪਣੀ ਦਸਤਾਰ ਬੰਨ੍ਹੀ ਅਤੇ ਆਪਣੀ ਕਲਗੀ ਉਹਦੇ ਸਿਰ 'ਤੇ ਲਾਤੀ ਅਤੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਬਾਹਰ ਆ ਕੇ ਤਾੜੀ ਮਾਰੀ ਕਿ ਹਿੰਦੂਆਂ ਦਾ ਪੀਰ ਜਾ ਰਿਹਾ, ਪਕੜਦਿਆਂ ਪਕੜ ਲਓ। ਤਾਂ ਉਹ ਭਾਈ ਸੰਗਤ ਸਿੰਘ ਜੀ ਦੇ ਪਰਿਵਾਰ ਵਿੱਚੋਂ ਦਾਸ ਜਗਜੀਤ ਸਿੰਘ ਦਰਦੀ, ਤੁਹਾਡੇ ਨਾਲ ਇਹ ਆਪਣੇ ਇਤਿਹਾਸਿਕ ਵਿਰਸੇ ਦੀ ਸਾਂਝ ਕਰਨ ਦੀ ਖੁਸ਼ੀ ਲੈ ਰਿਹਾ ਅਤੇ ਮੈਂ ਸਮਝਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਸ ਸਰੂਪ ਨੂੰ, ਸੁੰਦਰ ਸਰੂਪ ਨੂੰ ਤੁਸੀਂ ਸੰਸਾਰ ਵਿੱਚ ਪੇਸ਼ ਕੀਤਾ, ਤੁਹਾਨੂੰ ਵੀ ਦਸਮ ਪਾਤਸ਼ਾਹ ਦੀਆਂ ਉਸੇ ਤਰ੍ਹਾਂ ਖੁਸ਼ੀਆਂ ਮਿਲਣ। ਸਾਡੇ ਸਰਦਾਰ ਤਰਲੋਚਨ ਸਿੰਘ ਜੀ, ਡਾਕਟਰ ਜਸਪਾਲ ਸਿੰਘ ਜੀ, ਸਰਦਾਰ ਮੱਖਣ ਸਿੰਘ ਜੀ, ਜਿੰਨੇ ਵੀ ਸੱਜਣ ਬੈਠੇ ਹੋਏ ਨੇ ਮੇਰੇ